ਪੰਜਾਬ ਦੀ ਧਰਤੀ ਨੇ ਜਿੱਥੇ ਆਪਣੀ ਬੁੱਕਲ ਵਿੱਚ ਲੰਬੇ ਸਮੇਂ ਤੋਂ ਇਤਿਹਾਸ ਨੂੰ ਸਾਂਭਿਆ ਹੋਇਆ, ਉੱਥੇ ਹੀ ਅਸੀਂ ਇਸ ਇਤਿਹਾਸ ਨਾਲ ਜੁੜੀਆਂ ਚੀਜ਼ਾਂ ਨੂੰ ਕਿਸ ਤਰ੍ਹਾਂ ਅੱਖੋਂ ਪਰੋਖੇ ਕਰ ਰਹੇ ਹਾਂ, ਇਹ ਇਹਨਾਂ ਇਤਿਹਾਸਿਕ ਚੀਜ਼ਾਂ ਦੀ ਦੁਰਦਰਸ਼ਾ ਤੋਂ ਪਤਾ ਲੱਗਦਾ ਹੈ। ਪੰਜਾਬ ਦੇ ਇਤਿਹਾਸ 'ਚ ਵਿਸ਼ੇਸ਼ ਮਹੱਤਤਾ ਰੱਖਣ ਵਾਲੇ ਵੱਡਾ ਦਰਿਆ ਬਾਰੇ ਪੇਸ਼ ਹੈ ਸਾਡੀ ਖਾਸ ਰਿਪੋਰਟ। ਇਹ ਤਸਵੀਰਾਂ ਜੋ ਤੁਸੀਂ ਆਪਣੀ ਟੀਵੀ ਸਕਰੀਨ ਤੇ ਵੇਖ ਰਹੇ ਹੋ, ਇਹ ਬੁੱਢਾ ਦਰਿਆ ਦੀਆਂ ਨੇ। ਪੰਜਾਬ ਦੀ ਧਰਤੀ ਨੂੰ ਗੁਰੂਆਂ ਪੀਰਾਂ ਦੀ ਅਤੇ ਵਗਦੇ ਦਰਿਆਵਾਂ ਦੀ ਧਰਤੀ ਕਿਹਾ ਜਾਂਦਾ ਹੈ, ਪਰ ਕਿਸੇ ਸਮੇਂ ਪਾਣੀ ਦੀਆਂ ਠੰਡੀਆਂ ਤੇਜ਼ ਲਹਿਰਾਂ ਨਾਲ ਗਰਮ ਹਵਾਵਾਂ ਨੂੰ ਸੀਤ ਲਹਿਰਾਂ 'ਚ ਤਬਦੀਲ ਕਰਨ ਵਾਲੇ ਦਰਿਆਵਾਂ 'ਚੋਂ ਇੱਕ ਦਰਿਆ ਕਿਵੇਂ ਬੁੱਢਾ ਦਰਿਆ ਬਣਿਆ, ਇਸ ਬਾਬਤ ਸਥਾਨਕ ਲੋਕਾਂ ਦਾ ਕੀ ਕਹਿਣਾ ਹੈ ਤੁਹਾਨੂੰ ਉਹ ਸੁਣਾ ਦਿੰਦੇ ਹਾਂ। ਮੇਰਾ ਨਾਮ ਮੰਗਲ ਸਿੰਘ ਜੀ। ਕਿੱਥੋਂ ਰਹਿਣ ਵਾਲੇ ਹੋ ਜੀ? ਸਤਾਵਗੜ੍ਹ ਤੋਂ। ਬੁੱਢੇ ਨਾਲ ਤਾਂ ਸਾਰਾ ਇੱਦਾਂ ਹੈ ਵੀ ਪਹਿਲਾਂ ਕਾਫੀ ਦੇਰ ਤੋਂ ਚੱਲਦਾ ਸਾਡੇ ਬਜ਼ੁਰਗਾਂ ਦੇ ਵੀ ਖੋਜ ਤੋਂ ਪਹਿਲਾਂ ਦਾ ਹੀ। ਅਸੀਂ ਖੁਦ ਇੱਥੇ ਪਸ਼ੂ ਪਸ਼ੂ ਖੋਲ੍ਹ ਕੇ ਲਿਆਉਂਦੇ ਰਹੇ ਹਾਂ, ਚਾਰਦੇ ਰਹੇ ਹਾਂ। ਇਸ ਬੁੱਢੇ ਨਾਲ ਦਾ ਪਾਣੀ ਅਸੀਂ ਖੁਦ ਆਪ ਪੀਂਦੇ ਰਹੇ ਹਾਂ। ਇਤਨਾ ਸਾਫ਼ ਸੁਥਰਾ ਔਰ ਵਧੀਆ ਕੁੰਗੂ ਵਰਗਾ ਪਾਣੀ ਸੀ ਇਸਦਾ। ਸਾਈਡਾਂ 'ਤੇ ਛੋਟੇ ਛੋਟੇ ਟੋਏ ਕਰ ਲੈਣੇ, ਉਹਦੇ 'ਚ ਪਾਣੀ ਬਹੁਤ ਸੋਹਣਾ ਨਿੱਤਰ ਕੇ ਆਉਂਦਾ ਸੀ, ਅਸੀਂ ਪੀਂਦੇ ਸੀ। ਪਰ ਇਹ ਜਿਹੜਾ ਬੁੱਢਾ ਨਾਲ ਹੈ ਹੁਣ ਇਸ ਵਕਤ ਗੰਦੇ ਨਾਲ ਦਾ ਰੂਪ ਧਾਰਨ ਕਰ ਚੁੱਕਿਆ, ਕਿਉਂਕਿ ਇਸ ਦੇ ਵਿੱਚੋਂ ਚਾਰ ਫੇਰੀ ਬਹੁਤ ਗੰਦਾ ਪਾਣੀ ਪੈ ਰਿਹਾ। ਅੱਗੇ ਜਾ ਕੇ ਲੁਧਿਆਣੇ ਦੇ ਏਰੀਏ ਦੇ ਵਿੱਚ ਇਹਦੇ 'ਚ ਬਹੁਤ ਗੰਦਗੀ ਫੈਲ ਗਈ ਹੈ। ਅੱਗੇ ਪਾਣੀ ਦਾ ਵਹਾਅ ਨਾ ਹੋਣ ਕਾਰਨ ਇਹਦਾ ਪਾਣੀ ਸਾਡੇ ਖੇਤਾਂ 'ਚ ਪੈਂਦਾ ਜੀ। ਖੇਤਾਂ 'ਚ ਪੈਣ ਕਾਰਨ ਇਤਨਾ ਜ਼ਹਿਰੀਲਾ ਪਾਣੀ ਹੋ ਚੁੱਕਾ ਹੈ ਕਿ ਸਾਡੇ ਖੇਤਾਂ ਦਾ ਬਹੁਤ ਜ਼ਿਆਦਾ ਨੁਕਸਾਨ ਫਸਲਾਂ ਦਾ ਕਰਦਾ ਜੀ। ਇਹ ਹੁਣ ਇਸ ਵਕਤ ਬੁੱਢਾ ਦਰਿਆ ਨਹੀਂ, ਗੰਦਾ ਨਾਲਾ ਬਣ ਚੁੱਕਿਆ ਜੀ। ਔਰ ਅਸੀਂ ਸਰਕਾਰ ਤੋਂ ਇਹ ਮੰਗ ਕਰਾਂਗੇ ਕਿ ਇਸ ਦੀ ਸਾਂਭ ਸੰਭਾਲ ਕੀਤੀ ਜਾਵੇ, ਪਹਿਲਾਂ ਦੀ ਤਰ੍ਹਾਂ ਇਸ ਨੂੰ ਸਾਫ਼ ਸੁਥਰਾ ਕੀਤਾ ਜਾਵੇ। ਬੁੱਢਾ ਨਾਲਾ ਕਿਉਂ ਕਿਹਾ ਜਾਂਦਾ? ਬੁੱਢਾ ਨਾਲਾ ਇਸੇ ਕਾਰਨ ਹੀ ਕਿਹਾ ਜਾਂਦਾ ਸੀ ਕਿ ਜੀ, ਕਿਉਂਕਿ ਇਹਦੇ 'ਚ ਸੇਮ ਦਾ ਪਾਣੀ ਸਾਰਾ ਪੈਂਦਾ ਸੀ, ਇਲਾਕੇ ਦਾ ਪਾਣੀ ਸਾਰਾ ਪੈਂਦਾ ਸੀ, ਇਹ ਬਿਲਕੁਲ ਸਾਫ਼ ਸੁਥਰਾ ਸੀ। ਸਾਡੇ ਪਿੰਡਾਂ ਦੇ ਜਿੰਨੇ ਬਾਰਿਸ਼ ਦੇ ਪਾਣੀ ਆਰਾ ਵਗੈਰਾ ਪਾਣੀ ਉਹਨਾਂ ਨੂੰ ਬਿਲਕੁਲ ਸੰਭਾਲ ਲੈਂਦਾ ਸੀ, ਦਿਹਾੜੀ ਦੇ ਵਿੱਚ ਹੀ ਸਾਫ਼ ਸੁਥਰਾ ਹੋ ਜਾਂਦਾ ਸੀ। ਸਾਡੇ ਬਜ਼ੁਰਗ ਇਹਨੂੰ ਬੁੱਢਾ ਨਾਲਾ ਕਹਿ ਕੇ ਪੁਕਾਰਦੇ ਸੀ, ਜਿਵੇਂ ਇੱਕ ਘਰ ਦੇ ਵਿੱਚ ਬਜ਼ੁਰਗ ਕਹਿੰਦੇ ਨੇ ਵੀ ਤਾਲਾ ਹੁੰਦਾ ਬਜ਼ੁਰਗ ਘਰ ਦਾ, ਸਾਰੇ ਪਰਿਵਾਰ ਨੂੰ ਸਾਂਭ ਸੰਭਾਲ ਕੇ ਰੱਖਦਾ। ਇਸ ਨੇ ਸਾਰੇ ਏਰੀਏ ਨੂੰ ਬਿਲਕੁਲ ਸੰਭਾਲਿਆ ਹੋਇਆ, ਏਰੀਏ ਦਾ ਪਾਣੀ ਸੀ ਜਿਹੜਾ ਇਹਦੇ ਵਿੱਚ ਪੈਂਦਾ ਸੀ ਅਤੇ ਅੱਗੇ ਨੂੰ ਲੰਘ ਜਾਂਦਾ ਸੀ। ਹੁਣ ਇਹਦੇ 'ਚ ਪਾਣੀ ਪੈਂਦਾ ਜ਼ਰੂਰ ਹੈ ਪਰ ਅੱਗੇ ਵਹਾਅ ਨਹੀਂ ਹੈ, ਉਹ ਫਸਲਾਂ ਵਿੱਚ ਜਾਂਦਾ, ਫਸਲਾਂ ਬਰਬਾਦ ਹੋ ਜਾਂਦੀਆਂ ਨੇ ਜੀ। ਹਾਂਜੀ, ਕੀ ਨਾਮ ਕਿ ਤੁਹਾਡਾ ਜੀ? ਬਲਵਿੰਦਰ ਸਿੰਘ ਜੀ। ਹਾਂਜੀ, ਕਿੱਥੋਂ ਦੇ ਰਹਿਣ ਵਾਲੇ? ਪਿੰਡ ਪੌਦ ਸਾਬਕਾ ਮੈਂਬਰ ਹੈ ਜੀ, ਪੌਦ ਦਾ। ਅੱਛਾ, ਜਿਹੜਾ ਬੁੱਢੇ ਨਾਲੇ ਬਾਰੇ ਕੀ ਕਹਿਣਾ ਚਾਹੁੰਦੇ? ਬੁੱਢਾ ਨਾਲਾ ਜੀ, ਇੱਕ ਨਾਂ ਦਾ ਬੁੱਢਾ ਨਾਲਾ ਰਹਿ ਗਿਆ ਹੁਣ। ਇਹ ਹੈ ਤਾਂ ਬੜਾ ਪੁਰਾਣਾ, ਸਾਡੇ ਬਜ਼ੁਰਗਾਂ ਤੋਂ ਮਤਲਬ ਪਹਿਲਾਂ ਤੋਂ ਚੱਲਿਆ ਆਉਂਦਾ, ਸੇਮ ਨਾਲਾ ਕਹਿੰਦੇ ਸੀ ਇਹਨੂੰ। ਅਤੇ ਸੇਮ ਨਾਲਾ ਪਹਿਲਾਂ ਦਰਿਆ ਇੱਥੋਂ ਚੱਲਿਆ, ਦਰਿਆ ਇੱਥੋਂ ਚਲੇ ਗਿਆ ਤਕਰੀਬਨ ਪਿੱਛੇ ਹਟ ਗਿਆ 18 ਕਿਲੋਮੀਟਰ। ਅਤੇ ਇਹ ਸੇਮ ਦਾ ਪਾਣੀ ਇਲਾਕੇ ਦਾ ਨਹਿਰ ਦੀ ਜਿਹੜਾ ਕੱਚੀ ਨਹਿਰ ਦਾ ਪਾਣੀ, ਸੇਮ ਆ ਪਾਣੀ, ਇਹ ਸਾਰਾ ਪਾਣੀ ਸਾਂਭਦਾ ਸੀ ਅਤੇ ਲੋਕ ਇਹ ਪਾਣੀ ਵਰਤਦੇ ਵੀ ਸੀਗੇ। ਅਤੇ ਹੁਣ ਇਹਦੇ ਵਿੱਚ ਗੰਦਾ ਪਾਣੀ ਪਿੰਡਾਂ ਦਾ ਪੈਣ ਕਰਕੇ ਹੋਰ ਪਾਣੀ ਆਸੇ ਪਾਸੇ ਪੈ ਜਾਂਦਾ ਗੰਦਾ ਪਾਣੀ, ਅਤੇ ਇਹ ਹੁਣ ਤਕਰੀਬਨ ਗੰਦੇ ਨਾਲ ਰੂਪ ਧਾਰਨ ਕਰ ਗਿਆ, ਇਹਦੀ ਸਾਂਭ ਸੰਭਾਲ ਕੋਈ ਹੈ ਨਹੀਂ ਗੀ। ਸਰਕਾਰਾਂ ਕੀ ਗੱਲਾਂ ਬੜੀਆਂ ਕਹਿ ਰਹੀਆਂ ਵੀ ਅਸੀਂ ਸਾਂਭ ਸੰਭਾਲ ਕਰ ਰਹੇ, ਕੀ ਲੱਗਦਾ? ਸਰਕਾਰਾਂ ਜੋ ਮਰਜ਼ੀ ਕਹਿਣ, ਸਫਾਈ ਹੁਣ ਹੋਈ ਸੀਗੀ, ਹੁਣ ਤੁਹਾਡੇ ਸਾਹਮਣੇ ਉਹ ਸਾਹਮਣੇ ਬੂਟੀ ਦੇਖ ਰਹੀ ਆ, ਵਿੱਚੇ ਖੜ੍ਹੀ ਆ, ਤੇ ਉਡੀ ਵਧੀਆ ਸਫਾਈ ਨਹੀਂ ਹੋਈ ਹੈਗੀ। ਅਤੇ ਅਸੀਂ ਸਰਕਾਰਾਂ ਤੋਂ ਡਿਮਾਂਡ ਇਹੀ, ਮੰਗ ਇਹ ਕਰਦੇ ਹਾਂ ਕਿ ਇਹਦਾ ਕੋਈ ਪੱਕਾ ਪ੍ਰਬੰਧ ਕੀਤਾ ਜਾਵੇ, ਸਾਡੇ ਜਿਹੜੇ ਫਸਲਾਂ ਨੇ ਉਹਨਾਂ ਤਬਾਹ ਨਾ ਹੋਣ, ਕਿਉਂਕਿ ਇਹਦੇ ਵਿੱਚ ਕੈਮੀਕਲ ਪਾਣੀ ਆ ਜਾਂਦਾ ਕਈ ਵਾਰੀ ਕਿਸੇ ਪਾਸੋਂ। ਅਤੇ ਹੁਣ ਬੇਲੇ ਤੋਂ ਪਾਣੀ, ਜਿਹੜਾ ਬੇਲੇ ਵਾਲੇ ਸ਼ਹਿਰ ਦਾ ਪਾਣੀ ਸੀਗਾ, ਉਹ ਨਹਿਰ ਮਤਲਬ ਨਹਿਰ ਦੇ ਨਾਲ ਬੇਲਾ ਪਿੰਡਾਂ ਤਕਰੀਬਨ 3-4 ਕਿਲੋਮੀਟਰ, ਅਤੇ ਉੱਥੋਂ ਜਿਹੜਾ ਪਾਣੀ ਆ ਅਤੇ ਸਾਰੇ ਸ਼ਹਿਰ ਦਾ ਉਸ ਇਲਾਕੇ ਦਾ ਪਾਣੀ ਬੇਲੇ ਸ਼ਹਿਰ ਵਿੱਚ ਇਕੱਠਾ ਹੁੰਦਾ ਸੀ, ਅਤੇ ਉਹ ਨੀਵੀਂ ਜਗ੍ਹਾ ਅਤੇ ਉੱਥੋਂ ਸੜਕ ਦੇ ਵਿੱਚੋਂ ਮਤਲਬ ਪੋਲੀ ਪਾ ਕੇ ਅਤੇ ਪਾਣੀ ਇਹਦੇ ਵਿੱਚ ਪਾਤਾ ਪਾਣੀ, ਅਤੇ ਉਹ ਪਾਣੀ ਪੈਣ ਦੇ ਨਾਲ ਸਾਡਾ ਇੰਨਾ ਨੁਕਸਾਨ ਹੁੰਦਾ। ਅਤੇ ਤਕਰੀਬਨ ਉਹ ਸਰਕਾਰ ਨੇ ਜਿਵੇਂ ਮਰਜ਼ੀ ਕੀਤਾ ਨਾ ਕੀਤਾ, ਸਾਨੂੰ ਇਸ ਗੱਲ ਬਾਰੇ ਕੋਈ ਨਹੀਂ ਪਤਾ। ਅਤੇ ਉੱਥੇ ਪਹਿਲਾਂ ਉੱਥੇ ਇਕੱਠ ਵੀ ਹੋਇਆ ਸੀ ਇਸ ਗੱਲ ਦਾ ਵੀ ਇਹ ਪਾਣੀ ਇੱਧਰ ਪੈ ਨਹੀਂ ਦੇਣਾ, ਪਰ ਫਿਰ ਵੀ ਸਰਕਾਰ ਵੱਲੋਂ ਉੱਥੇ ਪਾਣੀ ਪਾਇਆ ਗਿਆ ਇਹਦੇ ਵਿੱਚ। ਅਤੇ ਉਹ ਪਾਣੀ ਜਦੋਂ ਉਹ ਬੇਲੇ ਵਾਲਾ ਪਾਣੀ ਇੱਧਰ ਆ ਜਾਂਦਾ ਅਤੇ ਸਾਰੇ ਇਲਾਕੇ ਦਾ ਪਾਣੀ ਇੱਥੇ ਫਲੱਡ ਪੂਰਾ ਜਿਵੇਂ ਹੜ੍ਹ ਦਾ ਰੂਪ ਧਾਰਨ ਹੋ ਜਾਂਦਾ, ਅਤੇ ਵੇਟ ਵਾਲੇ ਜਿਹੜੇ ਘਰ ਨੇ, ਵੇਟ ਦੇ ਪਿੰਡਾਂ ਦੇ ਜਿਹੜੇ ਲੋਕ ਨੇ, ਅਤੇ ਉੱਥੇ ਉਹਦੇ ਘਰਾਂ 'ਚ ਵੀ ਪਾਣੀ ਜਾਵੜਦਾ ਹੈ। ਸਾਡੀ ਮੰਗ ਇਹ ਆ ਵੀ ਇਹਦੀ ਸਾਂਭ ਸਫਾਈ ਕੀਤੀ ਜਾਵੇ, ਇਹਦੀ ਸਾਫ਼ ਸਫਾਈ ਕਰਕੇ ਵਧੀਆ ਤੌਰ 'ਤੇ ਚਲਾਇਆ ਜਾਵੇ ਜੀ। ਜਿੱਥੇ ਗੁਰਦੁਆਰਾ ਗਊ ਘਾਟ ਹੈ, ਇੱਥੇ ਵੀ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਇਸੇ ਦਰਿਆ ਦੇ ਕੰਢੇ 'ਤੇ ਹੀ, ਗਊ ਘਾਟ ਗੁਰਦੁਆਰਾ ਉਦੋਂ ਦਰਿਆ ਦੇ ਕੰਢੇ 'ਤੇ ਸੀ ਬਿਲਕੁਲ, ਅੱਜ ਲੋਕਾਂ ਨੇ ਭਰ ਭਰ ਕੇ ਉਹਨੂੰ ਇੱਕ ਛੋਟਾ ਜਿਹਾ ਨਾਲਾ ਬਣਾਉਣ ਦੀ ਕੋਸ਼ਿਸ਼ ਕਰ ਲਈ ਹੈ। ਗੁਰੂ ਨਾਨਕ ਸਾਹਿਬ ਦੇ ਵੀ ਇੱਥੇ ਚਰਨ ਪਏ ਅਤੇ ਮਾਛੀਵਾੜੇ ਬਾਜਾਂ ਵਾਲੇ ਦੇ ਪਏ ਅਤੇ ਲੁਧਿਆਣੇ ਗੁਰੂ ਨਾਨਕ ਸਾਹਿਬ ਦੇ ਚਰਨ ਪਏ ਜਿੱਥੇ ਗੁਰਦੁਆਰਾ ਗਊ ਘਾਟ ਹੈ। ਸੋ ਬੇਨਤੀ ਹੈ ਕਿ ਇਹ ਦੋ ਗੁਰੂ ਸਾਹਿਬਾਨਾਂ ਦੀ ਚਰਨ ਛੋਹ ਪ੍ਰਾਪਤ ਦਰਿਆ ਏ, ਇਹਨੂੰ ਉੱਤਮ ਅਤੇ ਸੁੱਚਾ ਬਣਾਇਆ ਜਾਵੇ ਅਤੇ ਸਾਫ਼ ਸੁਥਰਾ ਰੱਖਿਆ ਜਾਵੇ। ਹੁਣ ਸਵਾਲ ਇਹ ਉੱਠਦਾ ਕਿ ਦਿਨ ਪ੍ਰਤੀ ਦਿਨ ਗੰਦਗੀ ਦਾ ਰੂਪ ਧਾਰ ਰਹੇ ਦਰਿਆਵਾਂ ਲਈ ਆਖਿਰ ਜ਼ਿੰਮੇਵਾਰ ਕੌਣ ਹੈ? ਖੰਨਾ ਤੋਂ ਪ੍ਰੋਫੈਸਰ ਅਵਤਾਰ ਸਿੰਘ ਦੀ ਖਾਸ ਰਿਪੋਰਟ।